ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਸਰਕਾਰ ਵੱਲੋਂ ਆਈ ਵੱਡੀ ਖਬਰ ਜ਼ਮੀਨਾਂ ਨਾਲ ਸਬੰਧਿਤ ਲਿਆ ਗਿਆ ਹੈ ਵੱਡਾ ਫੈਸਲਾ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਆਤਤ ਵਾਲਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪ੍ਰਾਪ ਜਾਣਕਾਰੀ ਸੇ ਪੰਜਾਬ ਸਰਕਾਰ ਵੱਲੋਂ ਹੁਣਾਂ ਇਹ ਗਵਰਸਤ ਨਾਲ ਵੱਲੋਂ ਖਤਮ ਵਧਾਉਂਦੇ ਹੋਏ ਨਜ਼ਰ ਆ ਰਹੀ ਹੈ ਜਦਕਿ ਪਹਿਲਾਂ ਹਜ਼ਾਰਾਂ ਰੁੱਖਾਂ ਨੂੰ ਬਚਾਉਣ ਤੇ ਕਾਗਜ਼ ਬਿਨਾਂ ਵਜਾ ਵਰਤੋਂ ਉੱਪਰ ਦੀ ਪਾਬੰਦੀ ਲਗਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਪੇਪਰ ਰਹਿਤ ਬਜਟ ਵਧਾਉਂਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਉਹਨਾਂ ਵੱਲੋਂ ਕਾਗਜ਼ ਰੂਪੀ ਸਟੈਂਪ ਪੇਪਰ ਨੂੰ ਖਤਮ ਕਰਦੇ ਹੋਏ ਇਸ ਸਟੈਂਪ ਪੇਪਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਕਰੀ ਦਿੰ데요 ਦੱਸਿਆ ਗਿਆ ਹੈ ਕਿ ਜਿੱਥੇ ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਹਨ ਉੱਥੇ ਹੀ ਹੁਣ ਮਾਲ ਵਿਭਾਗ ਤੇ ਜ਼ਮੀਨਾਂ ਸਬੰਧ ਇਹਤੋਂ ਹੋਰ ਵੀ ਸੇਵਾਵਾਂ ਨੂੰ ਆਨਲਾਈਨ ਕੀਤਾ ਜਾਏਗਾ ਜਿਸ ਨਾਲ ਲੋਕਾਂ ਦੇ ਸਮੇਂ ਨੂੰ ਬਚਾਇਆ ਜਾਏਗਾ ਤੇ ਉਹਨਾਂ ਦਾ ਕੰਮ ਵੀ ਹੋ ਜਾਏਗਾ ਜਿੱਥੇ ਇਹ ਗਿਰਦੌਏ ਵੀ ਦੀ ਆਨਲਾਈਨ ਰਿਕਾਰਡ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਜਾਰੀ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੱਸਿਆ ਗਿਆ ਹੈ ਕਿ ਬੀਕੇ ਨੈਰਾ ਨੂੰ ਜਮ੍ਹਾਂ ਬੰਦੀ ਦੀ ਕਾਪੀ ਦੀ ਹੋਮ ਡਿਲੀਵਰੀ ਵੀ ਹੁਣ ਕੀਤੀ ਜਾਏਗੀ ਉੱਥੇ ਹੀ ਨਾਮ ਬੰਦੀਆਂ ਜਮ੍ਹਾਂ ਬੰਦੀਆਂ ਨੂੰ ਵੀ ਜ਼ਮੀਨ ਦੇ ਮਾਲਕਾਂ ਦੇ ਫੋਨ ਤੇ ਈਮੇਲ ਆਈਡੀ ਦੇ ਨਾਲ ਜੋੜਿਆ ਜਾਏਗਾ